ਵਲੌਗ ਬਣਾਉਣੇ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਲਿਆ ਤੇ ਮਿਲ ਸਕਦੇ ਐਡੀਸ਼ਨਲ ਆਡੀਓ ਅਗਲ ਪੁੱਛੋ ਤੂੰ ਕਿਹਾ ਸਾਨ ਕੀਤਾ ਐਡੀਸ਼ਨਲ ਆਡੀਓ ਸਾਹਿਬ ਨੂੰ ਇਹ ਬੈਠੇ ਚਿਲ ਕਰਨ ਦੇ ਹਜੇ ਸਾਨ ਕੀਤਾ ਗਾਈ ਪੱਠੇ ਨਹੀਂ ਖਾਣੀ ਮੈਂ ਕਿਹਾ ਲੂਣ ਦੀ ਡਲੀ ਵੀ ਲਿਆ ਦੇ ਮੋਰੇ ਰੱਖ ਲਿਆ ਕੇ ਤੇ ਗਾਈ ਪੱਠੇ ਨਹੀਂ ਖਾਣੀ ਤੇ ਮੈਂ ਕਰਾਂ ਆਪੋ ਵੀ ਨਹੀਂ ਖਾਣੇ ਮੈਂ ਗਾਈ ਦਾ ਮਾਸੜ ਲੱਗਦਾ ਉਹ ਆ ਕੇ ਆਂਟੀ ਕਹਿੰਦੇ ਆਪ ਵੀ ਨਹੀਂ ਖਾਣੇ ਪੱਠੇ ਚਲੋ ਆਪਾਂ ਚੱਲਦੇ ਆ ਤੇ ਉਹ ਮੇਰਾ ਰੀਚਾਰਜ ਕਾਲੀ ਕਾਲੀ ਇਧਰ ਆ ਹੈ ਰੀਚਾਰਜ ਕਰਾ ਦੇ ਵਿਚਾਰੀ ਦਾ ਚਾਰਜ ਕਰਾ ਦੇ ਐ ਮੜਾ ਕਰੋ ਪੇਟੀਐਮ ਦਾ ਡੋਨੇਸ਼ਨ ਕਰਿਓ ਆਪਾਂ ਰੀਚਾਰਜ ਕਰਾਉਣਾ ਠੀਕ ਹੈ ਸੋ ਆਪਾਂ ਹੁਣ ਚੱਲੇ ਆ ਸਟੂਡੀਓ ਤੇ ਰੇਂਜ ਰੋਵਰ ਕੱਢ ਲਓ ਤੇ ਸਟੈਂਡ ਦਾ ਵਲੌਗ ਬਣਾਉਣ ਦਾ ਮਜ਼ਾ ਹੀ ਬਹੁਤ ਜ਼ਿਆਦਾ ਆਉਂਦਾ ਵਾ ਤੇ ਆਪਾਂ ਹੁਣ ਚੱਲੇ ਆ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇਹਦੇ 'ਤੇ ਉਹ ਵੀ ਲਾ ਸਕਦੇ ਸੀਗੇ ਫਾਸਟ ਐਂਡ ਫਿਊਰੀਅਸ ਵਾਲਾ ਸਿਸਟਮ ਪਰ ਆਪਾਂ ਉਹ ਲਾਇਆ ਨਹੀਂ ਕਿਉਂਕਿ ਉਹ ਟਾਈਮ ਲੈਬ ਇਹਦੇ 'ਤੇ ਲੱਗਣਾ ਨਹੀਂ ਸੀਗਾ ਸੋ ਤਾਂ ਕਰਕੇ ਆਪਾਂ ਇਹਦੇ 'ਤੇ ਉਹ ਟਾਈਮ ਲੈਬ ਵਗੈਰਾ ਜਿਹਾ ਲਾਇਆ ਨਹੀਂ ਹੈਗਾ ਬਸ ਆਪਾਂ ਨੂੰ 2 ਘੰਟੇ ਲੱਗਣੇ ਆਪਾਂ ਹੁਣੇ ਸਟੂਡੀਓ ਪਹੁੰਚ ਜਾਣਾ 2 ਘੰਟੇ ਨਹੀਂ 5 ਮਿੰਟ ਲੱਗਣੇ ਆ ਤੁਸੀਂ ਕਹਿਣਾ ਪਤਾ ਨਹੀਂ ਕਿੰਨੀ ਬਕਵਾਸ ਕਰਦਾ ਰੋਟੀ ਜਾਂ ਖਾਂਦਾ ਨਹੀਂ ਪਰ ਕੀ ਕਰੀਏ ਇਹ ਲਓ ਅਸੀਂ ਪਹੁੰਚ ਗਏ ਸਟੂਡੀਓ ਇਹ ਤੁਸੀਂ ਦੇਖ ਸਕਦੇ ਆ ਵਰਲਟਿੰਗ ਜ਼ੋਨ ਵਰਲਟਿੰਗ ਕਰੀ ਵਰਲਟਿੰਗ ਜ਼ੋਨ ਫੜੇ ਮੂੰਹ ਤੇਰੇ ਬੋਲਣ ਦੇ ਵਰਲਟਿੰਗ ਜ਼ੋਨ ਟੈਟੂ ਤੇ ਆ ਜਾਓ ਆ ਗਏ ਕਿੱਧਰ ਪਏ ਭਾਈ
ਐ ਤੁਸੀਂ ਮਿਲ ਸਕਦੇ ਆ ਸਟੂਡੀਓ ਦੇ ਅੰਦਰ ਆ ਗਏ ਆ ਤੇ ਟੈਟੂ ਦਾ ਕੰਮ ਪ੍ਰੋਸੈਸ ਚੱਲਦਾ ਪਿਆ ਵਾ ਤੇ ਫੋਂਟ ਆਪਾਂ ਕੱਢ ਲਿਆ ਤੁਹਾਨੂੰ ਲੋ ਜੀ ਫੋਂਟ ਦਿਖਾਉਂਦੇ ਆਪਾਂ ਇਹ ਫੋਂਟ ਆ ਇਹ ਜ਼ਿਆਦਾ ਵੱਡਾ ਕਰਕੇ ਦਿਖਾਇਆ ਉੱਦਾਂ ਇੰਨਾ ਆਹ ਸਾਈਜ਼ ਹੈ ਇਹਦਾ ਚੈੱਕ ਕਰ ਲਓ दूसरा टैटू करन लगे हुण ਵਿਜ਼ਿਟ ਕਰਿਓ ਭਾਈ ਹੁਣਾਂ ਕੋ ਤੂੰ ਦੰਦ ਕੱਢੀ ਜਾ ਬਿਲਾ ਹੈ ਭਾਈ ਦੇ ਵਿਚਾਰਾ ਇਦਾਂ ਕਰਤਾ ਇਹ ਤੇ ਸਾਰੇ ਜਣੇ ਜ਼ਰੂਰ ਵਿਜ਼ਿਟ ਕਰਿਓ ਇੱਥੇ ਤੇ ਭਾਈ ਹੁਣ ਤੁਸੀਂ ਇੱਕ ਵਾਰੀ ਡਰੈਸ ਦੱਸ ਦਿਓ ਮੈਨੂੰ ਭੁੱਲ ਜਾਂਦਾ ਹੁੰਦਾ ਤੁਸੀਂ ਇੱਥੇ ਰਹਿੰਦਾ ਜਿੱਦਾਂ ਨਹੀਂ ਇੱਕ ਇਹਨਾਂ ਦਾ ਸਟੂਡੀਓ ਹੈਗਾ ਮਕਸੂਦਾ ਸਾਡੇ ਘਰ ਦੇ ਕੋਲ ਠੀਕ ਆ ਜ਼ਰੂਰ ਆਇਓ ਨਾਲੇ ਆਪਾਂ ਮਿਲਾਂਗੇ ਤੁਹਾਨੂੰ ਤੇ ਦੂਸਰਾ ਸਟੂਡੀਓ ਇਹਨਾਂ ਦਾ ਦੂਸਰਾ ਸਟੂਡੀਓ ਹੈਗਾ ਆਪਣਾ ਚਗਿੱਟੀ ਬਾਈਪਾਸ ਰੇਲਵੇ ਕ੍ਰੋਸਿੰਗ ਦੇ ਨਾਲ ਹੀ ਵੈਲਡਿੰਗ ਦੇ ਸਾਹਮਣੇ ਬਾਕੀ ਇੱਥੇ ਇਹਨਾਂ ਦੇ ਆਪਣਾ ਉੱਥੇ ਕਟਿੰਗ ਕਰੂ ਸਲੂਨ ਵੀ ਆ ਜ਼ਰੂਰ ਵਿਜ਼ਿਟ ਕਰਿਓ ਹਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਨੂੰ ਨਹੀਂ ਪਤਾ ਲੱਗਾ ਕੀ ਆ ਤੇ ਇੱਥੇ ਇੰਸਟਾਗ੍ਰਾਮ ਦਾ ਅਕਾਊਂਟ ਤੇ ਨੰਬਰ ਭਾਈ ਦਾ ਆਉਂਦਾ ਤੁਸੀਂ ਕਾਲ ਕਰਕੇ ਬਾਕੀ ਇਨਕੁਆਇਰੀ ਕਰ ਸਕਦੇ ਡਿਟੇਲਾਂ ਲੈ ਸਕਦੇ ਆ ਤੇ ਟੈਟੂ ਆਪਣਾ ਬਸ ਕਰਨ ਲੱਗੇ ਆਪਾਂ ਸ਼ੁਰੂ ਬੀਬੀ ਸੁਰਿੰਦਰ ਕੌਰ ਬੇਬੇ ਆਹ ਡਾਇਲੋਗ ਤੁਹਾਨੂੰ ਪਤਾ ਹੀ ਸੁਣਿਆ ਹੋਣਾ ਤੁਸੀਂ ਸੁਣਿਆ ਹੋਣਾ ਤੇ ਬਾਕੀ ਹੁਣ ਐਂ ਤਾਂ ਬਾਬੇ ਉਹ ਸੈਟਅਪ ਹੋਣ ਡਿਆ ਵਾ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੇ ਇਹਨਾਂ ਦਾ ਵਧੀਆ ਕਰਦੇ ਸਭ ਦੇਖਣ ਰੋਮੀ ਦੀ ਨਜ਼ਰ ਨਾ ਇੱਥੇ ਜਾਣ ਦੀ ਮਿੱਟੀ ਕਰ ਲਈਏ ਫਿਰ ਭਾਈ ਉਹਨਾਂ ਨੇ ਕਿਹਾ ਕਿ ਰੋਮੀ ਨੀ ਬਿਠਾ ਦੇਣਾ ਰੋਬਨ ਦਾ ਸਕੈਚ ਬਣਾਇਆ ਸੀ ਅੱਜ ਆਪਾਂ ਵਾਰ ਵਾਰ ਸਿਰ ਖਾਈ ਜਾਂਦਾ ਪੋਰਟਰੇਟ ਬਣਾਉਣਾ ਪੋਰਟਰੇਟ ਮੈਂ ਹੀ ਬਣਾਤਾ ਮੈਂ ਕਿਹਾ ਲੈ ਭਰਾ ਪੋਰਟਰੇਟ ਬਣਾ ਆਹ ਕੀ ਹੈ ਭਰਾ ਵੀ ਡਰਾਇੰਗ ਹੀ ਹੈ ਆਹ ਰੋਬੀ ਦਾ ਨੰਬਰ ਲਿਖਿਆ ਹੋਇਆ ਫੋਨ ਕਰਕੇ ਸੰਪਰਕ ਕਰ ਸਕਦੇ ਆ ਜੇ ਇਸ ਵਲੌਗ ਨੂੰ ਲੱਖ ਵਿਊ ਵੱਜ ਗਿਆ ਤੇ ਬਸ ਰੋਬੀ ਰੋਬੀ ਦੀ ਇਹਦਾ ਮੈਂ ਸੋਚ ਆ ਕਿ ਭਾਈ ਹੁਣ ਆਪ ਕੋਈ ਸਕੈਚ ਬਣਵਾ ਗਿਆ ਨਾ ਆਪਣਾ ਤੇ ਮੈਂ ਫਿਰ ਲਿਖ ਕੇ ਸਟੋਰੀ ਪਾਉਣੀ ਹੈ ਕਿ ਥੈਂਕ ਯੂ ਫੈਮ ਕਿ ਮੈਨੂੰ ਮੇਰੇ ਫੈਨ ਨੇ ਦਿੱਤਾ ਬਹੁਤ ਪਿਆਰ ਕਰਦੇ ਆ ਹਨਾ ਰੋਬੀ ਰਾਹੀਂ ਪਿੱਛੋਂ ਦਿਖਾਊਂਗਾ ਉਹਨੇ ਦਿਖ ਜਾਣਾ ਬਹੁ ਠੀਕ ਹੈ ਚਲੋ ਟੈਟੂ ਤੁਸੀਂ ਦੇਖ ਸਕਦੇ ਆ ਮਤਲਬ ਟੈਟੂ ਨਹੀਂ ਆ ਉਹ ਆ ਕੀ ਭਾਈ ਸਟੈਂਸ਼ਨ ਆਪਣੀ ਫਾਲਤੂ ਦੀ ਹੁਸ਼ਿਆਰੀ ਜੀ ਮਾਰੂਗਾ ਦੇਖਿਓ ਸਿੱਧਾ ਹੋ ਜਾਂਦਾ ਮੂੰਹ ਫਟਿਆ ਜਾ ਆਉਣ ਡਿਆ ਫਲੈਸ਼ ਬਹੁਤ ਜ਼ਿਆਦੀ ਆ ਚਲੋ ਕੋਈ ਨੀ ਯਾਰ ਛੱਡੋ ਕੀ ਹਾਲ ਹੋਈ ਠੀਕ ਸ਼ੁਰੂ ਟੈਟੂ ਹੋ ਗਿਆ ਸਟੈਂਸਲਸ ਕਹਿੰਦੇ ਨੇ ਭਾਈ ਪ੍ਰਿੰਟ ਯਾਰ ਤੂੰ ਸਿੱਧਾ ਕਹੇ ਛਾਪਾ ਲੱਗ ਗਿਆ ਛਾਪਾ ਲੱਗ ਗਿਆ ਯਾਰ ਸਟੈਂਸਲ ਆ ਛਾਪਾ ਲੱਗ ਗਿਆ ਠੀਕ ਆ ਆ ਹੋ ਗਿਆ ਮਤਲਬ ਆਪਾਂ ਹੁਣ ਤੁਹਾਨੂੰ ਅੱਗੇ ਕਰਦੇ ਆ ਕੰਟੀਨਿਊ ਤੇ ਭਾਈ ਚਲੋ ਮਤਲਬ ਉਹਨਾਂ ਨੇ ਆਪਣੇ ਵੀ ਸਨੈਪਾ ਪਾਉਂਦੇ ਸਾਰੇ ਜਣੇ ਇਹਨਾਂ ਦਾ ਇੰਸਟਾਗ੍ਰam ਫੋਲੋ ਕਰ ਲਓ ਭਾਈ ਆਪ ਦੱਸੋ ਹੁਣ ਕੀ ਦੱਸਾਂ ਚਲੋ ਚਲੋ ਭਾਈ ਯਾਰ ਇਹ ਉਹੀ ਗੱਲ ਨਾ ਸਾਰਾ ਦਾ ਆਪਣਾ ਆਪਣਾ ਕੰਮ ਆ ਉਹਨਾਂ ਨੇ ਹੁਣ ਟੈਟੂ ਵਾਲਾ ਕੰਮ ਪਤਾ ਤੁਹਾਨੂੰ ਨਹੀਂ ਪਤਾ ਸੋਸ਼ਲ ਮੀਡੀਆ ਬਾਰੇ ਸਾਰੇ ਜਣੇ ਇਹਨਾਂ ਦਾ ਇੰਸਟਾਗ੍ਰam ਫੋਲੋ ਕਰ ਲਓ ਵਰਲਡਿੰਗ ਜ਼ੋਨ ਭਾਈ ਉਹਨਾਂ ਨੂੰ ਵੀ ਐਡ ਕਰ ਲਓ ਭਾਈ ਆਪਣਾ ਨਾਂ ਦੱਸ ਦਿਓ ਹਰਦੀਪ ਭਾਈ ਇਹਨਾਂ ਦਾ ਵੀ ਮੈਂ ਯੂਜ਼ਰ ਹਰਦੀਪ ਭਾਜੀ ਨਹੀਂ ਆਪਣੇ ਨਾਮ ਭਾਜੀ ਮੈਂ ਕਿਹਾ ਭਾਈ ਆਪਣੀ ਆਈਡੀ ਦੱਸ ਦਿਓ ਕਹਿੰਦੇ ਹਰਦੀਪ ਭਾਜੀ ਭਾਜੀ ਆਪਣਾ ਵੀ ਲਾ ਲਿਆ ਸਾਰੇ ਜਣੇ ਫੋਲੋ
चक के टैटू अपना पूरा घेंट बनया वा बीबी सुरिंदर कौर बहुत वधिया लिखा बई तुहानू किदा लगा फिर टैटू बहुत मजा आया पर अपना दूसरा टैटू सीगा क्या भी बहुत वधिया टैटू बनया पहला टैटू तुसी सारे जणे ने देखया हणा वी अपना बहुत प्यारा ना दा ही ते बहुत वधिया तुसी इस वीडियो दा टारगेट तुहानू आपां दसदा 5000 दा टारगेट आ व्यू जिन्नी तुहाडी शरदा होए ओना कर दो ते इहदे विच आपां व्लॉग तुसी लास्ट तक जरूर देखना क्योंकि इहदे विच बीबी दा रिएक्शन आ कि उन्होंने टैटू देख के की कहना आ कि उन्होंने किदां दा लगूगा अगे अंगो चपला मारदी है की कहना हां की होंदा वा क्योंकि आपां जरा बीबी लिखण दा मेन मकसद आही सी क्योंकि मैं अपनी वीडियोस दे विच कहना हुंदा बीबी ते इस करके बाहर तक आवाज आउंदी हुंदी ते बीबी व्लॉग लै गया तू बाकी तुहानू इक वारी रोबिन दूसरे साइड तों भी दिखाऊगा टैटू किदां लगा तुसी देख सकदे आ ते टैटू अपने दोवें टैटू बहुत कैंट बणे आ ते बाकी सारा व्लॉग लास्ट तक जरूर देखियो बाकी भाई जलंधर मकसूदा मेरे घर के कोल जरूर मिलांगे जेड़ा इत्थे आऊगा ते बाकी दूसरा स्टूडियो भाई किथे दूसरा स्टूडियो अपना हैगा चिट्टी बाईपास रेलवे क्रॉसिंग दे नाल ही है ते उत्थे अपना बाबियो अपना टैटू कवर हो गया मतलब लैमिनेशन हो गया इहदे उत्ते कल नूं आपां टर्मिनेटर ओह चीज लाउणी आ टैटू आर्टिस्टां नूं पता होणा की भाई ओह हुंदा डर्मालाइज ठीक है ओ आपा कल नूं लाउणा क्योंकि अज सिर्फ नॉर्मल लैमिनेशन क्लीनिंग कवर आपा कीता आ कवर कीता बस हां जी तां कि अपने पंजाबियों नूं आदत हुंदी आ दिखाई की बनाया इदा करके ओ बे इन्फेक्शन ना होवे हाथों लगा के करके आपा मतलब प्रोफेशनल इंटरनेशनल लेवल ते काम चलदा बाबे एवें नहीं ना दस्या ऐ फिर टैटू कराया पाए तो ते आ तुसी देख लो बाकी आपा हुण तुहानू रिएक्शन बीबी दा दिखावांगे हुण आपा चले इत्थों तो मिलदे आ आपा तुहानू हुण बीबी कोल जाके हां बाबे इत्थे नेरा हुण डिया थोड़ा जिहा मतलब आपा घरे आ गए आ लाइटां बंद आ हुणे आपा चिट्टे हो जाणा ते बीबी सामणे आ बटारे बीबी आ गई ओहदी चैक कर सकदे आ बीबी सामणे देखण डे उहनां नूं आपा नहीं दिखदे हुणे तो आपा टैटू दिखाउणा उहनां नूं बीबी गई बटाले अपनी कुड़ी को हुणे बीबी आए आउंदे सारा काम कर सांभ लिया हजे ब्लॉग आपां नहीं मतलब बीबी नूं रसोई चो वेले बोलां तां फिर आपां दिखाउने आ आपां तुहानूं इत्थे दिखा दईए कि किदां दा बणिया आ चेक कर लगदे आ वी जूम कर माड़ा बीबी नूं दिखा देना मैनूं नहीं लगदा दिसूगा कि दिख जूगा
ਦਿਖਾ ਦੇਣਾ ਮਤਲਬ ਆਪਾਂ ਹੁਣੇ ਥੋੜੀ ਜਿਹੀ ਦੇ ਵਿੱਚ ਬਸ ਥੋੜੀ ਜਿਹੀ ਵੇਟ ਕਰੋ ਬਸ ਹੁਣੇ ਆਪਾਂ ਤੁਹਾਡੇ ਲਈ ਤਾਂ ਨਾਲੋ ਨਾਲ ਹੀ ਹੋ ਜਾਣਾ ਸਾਡੇ ਲਈ ਥੋੜੀ ਵੇਟ ਆ ਮੈਂ ਘਰੇ ਆ ਗਿਆ ਤੇ ਬੀਬੀ ਵੀ ਘਰੇ ਆ ਗਈ ਇਧਰ ਆਓ ਹਾਂਜੀ ਇਧਰ ਆ ਜਾਓ ਬੀਬੀ ਦਾ ਜਨਮ ਦਿਨ ਵਾਸਤੇ ਆਪਾਂ ਸਰਪ੍ਰਾਈਜ਼ ਦਿੱਤਾ ਵਧੀਆ ਲੱਗਾ ਬਹੁਤ ਵਧੀਆ ਬਹੁਤ ਵਧੀਆ ਮੈਂ ਮਰ ਜਾ ਕਿਤੇ ਬੀਬੀ ਸੁਰਿੰਦਰ ਕੌਰ ਬੀਬੀ ਕਹਿੰਦਾ ਨਾ ਨਾ ਬੀਬੇ ਬਾਬੇ ਉਹ ਵਲੋਗ ਕਰਨ ਲੱਗੇ ਆਪਾਂ ਇੱਥੇ ਖਤਮ ਤੇ ਰਿਐਕਸ਼ਨ ਆਪਾਂ ਕੈਚ ਕਰ ਲਿਆ ਤੇ ਰੋਬਿਨ ਲੇਟ ਹੋ ਗਿਆ ਰੋਬਿਨ ਨੂੰ ਕੁਛ ਲੈਣ ਭੇਜਿਆ ਸੀਗਾ ਮਿਲਿਆ ਨੀ ਤੇ ਰੋਬਿਨ ਲੇਟ ਹੋ ਗਿਆ ਰੋਬਿਨ ਨੂੰ ਆਪਾਂ ਇਹਦੇ ਤੋਂ ਲਾ ਦਿੱਤਾ ਸੀਗਾ ਕਵਰ ਜਿਹਾ ਤੇ ਤਾਂ ਕਰਕੇ ਕਵਰ ਲੈਣ ਗਏ ਸੀਗੇ ਇਸ ਕਰਕੇ ਚਲੋ ਓਦਾਂ ਕੈਂਟ ਆਪਾਂ ਪੁਰਾਣਾ ਕਵਰ ਲੱਭ ਲਿਆ ਹੋਇਆ ਪੁਰਾਣਾ ਕਵਰ ਹੀ ਆਪਾਂ ਲਪੇਟ ਲੈਣਾ ਕਿਉਂਕਿ ਬੀਬੀ ਬਾਈ ਦਾ ਪੜਿਆ ਨੀ ਸੀ ਜਾਣਾ ਸੋ ਤਾਂ ਕਰਕੇ ਆਪਾਂ ਆਹੋ ਸੋ ਤਾਂ ਕਰਕੇ ਆਪਾਂ ਹੋ ਗਿਆ ਸੋ ਆਪਾਂ ਤੁਹਾਨੂੰ ਆਹੀ ਮੈਂ ਲੱਭ ਲਿਆ ਸੋਫੇ ਥੱਲੇ ਸੱਟਿਆ ਸੀ ਮੈਂ ਇਹਨੂੰ ਉਹ ਟੈਪ ਹੋ ਜਾ ਸੋ ਇਹਨੂੰ ਹੀ ਆਪਾਂ ਗੁੱਛੂ ਮੁੱਛੂ ਕਰਕੇ ਚੜਾ ਲੈਣਾ ਵਾਪਸ ਰੁਕ ਜਾਓ ਇਹਨੂੰ ਮੈਂ ਖੋਲਦਾ ਵਾਂ ਤੇ ਫਿਰ ਇਹਨੂੰ ਆਪਾਂ ਦੁਬਾਰਾ ਕਵਰ ਕਰ ਲੈਣਾ ਤੇ ਟੈਟੂ ਆਪਣਾ ਡਨ ਆ ਤੇ ਵਲੋਗ ਹੁਣ ਹੈ ਸੁਣਦਾ ਭਰਾਵਾ ਉਹਨਾਂ ਨੂੰ ਤੁਹਾਡਾ ਇਸ ਤੋਂ ਅੱਗੇ ਹੋਰ ਕਲਿੱਪਾਂ ਹੈਗੀਆਂ ਵਾ ਸ਼ਾਇਦ ਪੱਕਾ ਨੀ ਪਤਾ ਹੈਗੀਆਂ ਕਿ ਨਹੀਂ ਹੈਗੀਆਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵਲੋਗ ਨੂੰ ਵਲੋਗ ਆਪਾਂ ਕਰਨ ਲੱਗੇ ਹੁਣ ਖਤਮ ਉਹਨੇ ਫੋਨ ਭੰਨ ਲਿਆ ਸ਼ਾਇਦ ਪੱਕਾ ਨੀ ਪਤਾ ਭੰਨਿਆ ਕਿ ਨਹੀਂ ਸੋ ਵਲੋਗ ਆਪਾਂ ਕਰਨ ਲੱਗੇ ਇੱਥੇ ਖਤਮ ਟੈਟੂ ਆਪਣਾ ਆਪਾਂ ਫੇਰ ਲੈਮੀਨੇਸ਼ਨ ਕਰ ਲਿਆ ਮੈਂ ਲਾ ਦਿੱਤਾ ਕਿਉਂਕਿ ਬੀਬੀ ਕੋ ਤਾਂ ਪੜਿਆ ਨਹੀਂ ਸੀ ਜਾਣਾ ਤੇ ਵਲੋਗ ਆਪਣਾ ਵੀ 25 ਮਿੰਟ ਦਾ ਹੋ ਹੀ ਗਿਆ ਵਾ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਹ ਵਲੋਗ ਕਿਹੋ ਜਿਹਾ ਲੱਗਾ ਤੇ ਇਹਦੇ ਉੱਤੇ ਟਾਰਗੇਟ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਇਹਦੇ ਉੱਤੇ ਟਾਰਗੇਟ ਹੈਗਾ ਆ 5,000 ਲਾਈਕ ਦਾ ਟਾਰਗੇਟ ਆ ਵਿਊ ਜਿੰਨੀ ਤੁਹਾਡੀ ਸ਼ਰਧਾ ਹੋਵੇ ਜਿੰਨਾ ਤੁਸੀਂ ਪਿਆਰ ਕਰ ਸਕਦੇ ਵੱਧ ਤੋਂ ਵੱਧ ਵਿਊ ਕਰ ਦਿਓ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਇੱਥੇ ਮੇਰੇ ਇੰਸਟਾਗ੍ਰਾਮ ਸਨੈਪਚੈਟ ਦੇ ਅਕਾਊਂਟ ਆਉਂਦੇ ਸਾਰੇ ਜਣੇ ਇਹਨਾਂ ਨੂੰ ਫੋਲੋ ਕਰ ਲਓ ਤੇ ਇਹਦਾ ਵੀ ਮੈਂ ਚੈਨਲ ਤੇ ਲਿੰਕ ਦਿੱਤਾ ਹੋਇਆ ਇਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਾ ਕੇ ਇਹਦਾ ਵਲੋਗ ਵੀ ਚੈੱਕ ਕਰਿਓ ਅਰਸ਼ਦਿਆਲ ਵਲੋਗ ਆ ਇਹਦੇ ਚੈਨਲ ਤੇ ਸਬਸਕ੍ਰਾਈਬਰ 1,000 ਸਬਸਕ੍ਰਾਈਬਰ ਪੂਰੇ ਕਰਾ ਦਿਓ ਤੇ ਇਸ ਵਲੋਗ ਨੂੰ ਜੇ ਤੁਹਾਨੂੰ ਆਹ ਵਲੋਗ ਵਧੀਆ ਲੱਗਾ ਮੈਂ ਹੋਰ ਵਲੋਗ ਬਣਾਵਾਂ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਬੀਬੀ ਦਾ ਰਿਐਕਸ਼ਨ ਤੁਹਾਨੂੰ ਕਿੱਦਾਂ ਲੱਗਾ ਮੈਨੂੰ ਪਤਾ ਨਹੀਂ ਪੰਜਾਬੀ 'ਚ ਕੁਛ ਜ਼ਿਆਦਾ ਹੀ ਗੂੜਾ ਬੋਲਦਾ ਵਾ ਬੋਲਿਆ ਵਧੀਆ